म वाहे गुरु सतनाम वाहे गुरु सतनाम वाहिगुरु सत्नाम वाहे गुरु वाहे गुरु वाहे गुरु वाहे गुरु वाहे गुरु ਸਤਨਾਮ ਵਾਹੀ ਕਰੂ ਸਹੀ ਗੁਰਜੀ ਕੀ ਫਤਿਹ ਦੇਹਰਾ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਿਆ ਜਾਂ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤਮਹਿ ਜੋਤ ਜੋਤਮਹਿ ਜਾਤਾ ਕਲਕਲਾ ਫਿਰ ਪੂਰ ਰਹਾ ਉਹ ਸੱਚਾ ਸਾਹਿਬ ਸਿੱਖਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਾਮਹਿਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੂਖਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੀ ਤੇਰੀ ਨਾਦ ਨੇ ਇਕ ਸੰਖਾਂ ਕੀਤੇ ਤੇਰੀ ਵਾਮਨ ਹਾਰੀ ਕੀਤੇ ਤੇਰੇ ਰਾਗ ਪ੍ਰੀਤਿ ਸਿਉ ਕਈ ਹੈ ਕੀਤੇ ਤੇਰੇ ਗਾਵਨ ਹਾਰੀ ਗਾਵਨ ਤੁਦਨੋਂ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਤ੍ਰਮਦੁਵਾਰੀ ਗਾਮਨ ਤੁਦਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰ ਤੁਧਨੋ ਈਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੀ ਗਾਵੰ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰ ਤੁਧਨੋ ਸਿੱਧ ਸਮਾਦੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੀ ਗਾਵੰ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਮੰ ਤੁਧਨੋ ਪੰਡਿਤ ਪਡੰਡਕੀਸਰ ਚੁਗ ਚੁਗ ਵੇਦ ਦਾ ਨਾਲੇ ਗਾਵੰ ਤੁਧਨੋ ਮੋਹਣੀਆ ਮਨਮੋਹਨ ਸੁਰਗਮਚਿ ਪਿਆਲੇ ਗਾਵੰ ਤੁਧਨੋ ਤਨੁ ਪਾਈ ਤੇਰੀ ਅਠਸਠ ਤੀਰਥ ਨਾਲੇ ਗਾਵੰ ਤੁਧਨੋ ਜੋਦ ਮਹਾਬਲਸੂਰਾ ਗਾਵੰ ਤੁਧਨੋ ਖਾਣੀ ਚਾਰੀ ਗਾਵੰ ਤਦਨੋ ਖੰਡ ਮੰਡਲ ਬ੍ਰਹਮੰਡਾ ਕਰਕਰ ਰੱਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋ ਤਦ ਭਾਵੰਦ ਤੇ ਤੇਰੇ ਭਗਤ ਰਸਾਲੇ ਖੂਰ ਕੀ ਤੇ ਤਦਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਈ ਹਭੀ ਹੋਸੀ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕਿਤਾ ਆਪਣਾ ਜਿਉ ਤਸਦੀਬ ਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਬਾਦਸ਼ਾਹ ਸਾ ਬਾਦਸ਼ਾਹਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸਣ ਵੱਡਾ ਕਿਸਬ ਕੋਈ ਕੀ ਵੱਡ ਵੱਡਾ ਜੇਠਾ ਹੋਵੇ ਕੀਮਤ ਪਾਇਨ ਕਹਾ ਜਾਏ ਕਣਵਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਬੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਬਰਖਾਂ ਕੀਆਂ ਵਡਿਆਈਆਂ ਤੁਧਨ ਸਦੀਕ ਨੈਨਾ ਪਾਈਆਂ ਕਰਮ ਮਿਲੈ ਨਾਹੀ ਠਾਕ ਰਹਾਇਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੀ ਪੰਧਾਰਾ ਜਿਸ ਤੋਂ ਦੇਇ ਤਿਸੈ ਕਾਚਾਰਾ ਨਾਨਕ ਸਚ ਸਵਾਰਨਹਾਰਾ ਸਾਮਹਿਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਉ ਅਕਣੋਂ ਕਾ ਸਚਾ ਨਾਮ ਸਚ ਨਾਮ ਕੀ ਲਾਗੈ ਭੂਖ ਉਤ ਭੂਖ ਖਾਏ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਇ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੀਂ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹਿਨ ਚੁੱਕੇ ਭੂਗ ਗੁਣ 에ਹੋ ਹੋਰ ਨਾਹੀ ਕੋਏ ਨਾ ਕੋ ਵਾ ਨਾ ਕੋ ਹੋਏ ਜੀਵੜਿਆ ਆਕਤੀ ਵੜਤੀ ਰੀਦਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੂ ਗੁਰ ਪਾਸ ਹਮ ਕੀਰੇ ਕ੍ਰਮ ਸਤਗੁਰ ਸਰਣਾਹੀ ਕਰਿ ਧਿਆਨ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਪਾਗ ਵੜੀ ਰੀ ਜਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀ ਵੈ ਤ੍ਰਿਕ ਜੀ ਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿੰਨ ਦੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਿਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਤਾਂ ਕਰਜ ਕਾਗੇ ਕੜ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਦਮਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡ ਆਵੇ ਸੈ ਕੋ ਸੰਤ ਸਪਾਛ ਵਿਚਰੀ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸੰਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹਲਾ ਚੌਥਾ ਸੋ ਪ੍ਰਖ ਇਕੂ ਵੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮਪਾਰਾ ਸਭ ਧਿਆਮੇ ਸਭ ਧਿਆਮੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਰੇ ਜੀ ਤੁਜੀ ਆਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾ ਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜਨ ਤੇ ਵਿਚਾਰਾ ਤੂੰ ਕਟਕਟੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪ੍ਰਭੁ ਸਮਾਨ ਇਕ ਦਾਤੇ ਇਕ ਭੇਖਾਰੀ ਚੀ ਸਭ ਤੇਰੀ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕਿਆ ਗੁਣ ਆਖੁ ਖਾਣਾ ਜੋ ਸੇ ਵਹਿ ਜੋ ਸੇ ਵੰਤ ਜੀ ਜਨਾਨਨਕ ਤਿਨ ਕੁਰਬਾਨਾ ਹਰਤਿਆ ਮੈਂ ਹਰਤਿਆ ਮੈਂ ਤਦਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਤਿਆ ਆਇਆ ਜੀ ਤਿਨ ਟੁੱਟੀ ਜਮਕੀ ਫਾਂਸੀ ਜਿਨ ਨਿਰਭਉ ਜਿਨਹਨ ਨਿਰਪੋ ਧਾਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ सीतन सीतन जिन हर त्याया जी जिन नानक तिन बल जासी तेरी भगत तेरी भगत भंडार जी परे बिंत बेअंता तेरी भगत तेरी भगत सलाहन तुद जी हर अनेक अनेक अनंता तेरे निक करह हर पूजा जी तपताप जपै बेअंता तेरे अनेक तेरे अनेक पढ़ै बो सिमर सा जी कर कर कर्म करंता ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤਵਾਦ ਪੁਰਖ ਪਰੰਪਰ ਕਰਤਾ ਜੀ ਤਦ ਜੀਵੜ ਅਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੇ ਚੀ तु आपे कृह सुहोई तुदापे श्रिष्ट सब पाई जी तुदापे सृज सब गोई जन नानक गुण गावे करते के जी जो सब सहका जान हो आसा महला चौथा तू करता सचियार मैं डांसाई जो तो भावे सोई थी सी जो तू दे सोई हो पाई रहा सब तेरी ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਮਿਰਤਨ ਪਾਇਆ ਗੁਰਮੁਖ ਲਾਧ ਮਨਮ ਗਵਾਇਆ ਤੁਦਾ ਵਿਛੋੜਿਆ ਆਪ ਮਿਲਾਇਆ ਤੁੰਦਰਿਆ ਸਭ ਤੁਝ ਹੀ ਮਾਹੀ ਤੁਝ ਬਿਨ ਦੁਜਾ ਕੋਈ ਨਾਹੀ ਜੇ ਜਨ ਸਭ ਤੇ ਰਾਖੇ ਲਿ ਵਿਜੋ ਮਿਲ ਵਿਛੜਿਆ ਸੰਜੋਗੀ ਮੇਰ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨਨ ਸੇਵਿਆ ਤਿਨ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੁ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਿਨ ਨਾਨਕ ਗੁਰਮੁਖ ਪ੍ਰਗਟ ਹੋਈ ਅਸਾ ਮਹਲਾ ਪਹਿਲਾ ਤਿਤ ਸਰਵੜੈ ਪਹਿਲੇ ਨਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹੋਂ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬੀਐ ਮਨ ਇਕ ਨਚਿਤ ਸਮੋੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੁਰਗ ਮੁਗਦਾ ਜਨਮ ਭਇਆ ਪ੍ਰਨਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹਿਲਾ ਪੰਜਵਾ ਪਈ ਪ੍ਰਾਪਤ ਮਾਨੁਗ ਦੇਖ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਬ੍ਰਕਾਜ ਤੇਰ ਕੀ ਤਨ ਕਾਮ ਮਿਲ ਸਾਸਨਤ ਬਜ ਕੇਵਲ ਨਾਮ ਸਰੰਜਾਮ ਲਾਗ ਭਉਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਕਬਿ ਉਬਾਂਜ ਬੇਨਤੀ ਚੋਪਈ ਹਮਰੀ ਕਰੋ ਹਾਤ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਡੈ ਹਮਾਰਾ ਆਪਣਾ ਜਾਨ ਕਰੋ ਕਤਪਾਰਾ हमरे दुष्ट सब तुम काव हो आ फात हो सुखी बसै मोर उपरवारा सेवक सिख सवै करतारा मोर अच्छा कर दै करिए सब वैरण को आ संग्रिय पूर्ण होए हमारी आशा तोर भजन की रह प्यासा तुम्हें छाड़ कोई अवर न त्याऊं जो बर चहु तुम ते पाऊं ਸੇਵ ਚਿੱਕਾ ਮਾਰੇ ਤਾਰਿ ਹੈ ਚੁੰਚੁੰ ਸਤਰਾ ਮਾਰੇ ਮਾਰਿ ਹੈ ਆਫਾਤ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਜਨਵਰੀ ਹੈ ਹੂੰ ਜੋ ਉਸ ਦਾ ਹਮਾਰੇ ਪਛਾ ਸ੍ਰੀ ਸਤੁਜ ਜੋ ਕਰਿਓ ਰਚਾ ਰਾਖ ਲਹੁ ਮੇ ਰਖਨ ਹਾਰੀ ਸਾਹਿਬ ਸੰਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪ੍ਰੀਤ ਚਤਰ ਦਿਸਕੰਤਾ काल पाए ब्रह्मा बप धरा काल पाए शिवजू अवतरा काल पाए कृपन प्रकाशा काल का क्या तमासा जवन काल जोगी की ओ बेदराय ब्रह्मा जो थीओ जमन सब लोक सवार नमस्कार है ताहे हमारा जवन काल सब जगत बनायो पजायो आदन्त के अवतार आ सोई गुरु समझियो हमारा नमस्कारति सिहि को हमारी सकल प्रजा जने आप सुवारी शिवकन को शिवगुण सुख दियो सत्रण कोपल मोबद कियो घट-घट के अंतर की जानत पले बुरे की पीर वशानत चीटी ते कुंचरे अस्तुल्ला सब पर कृपा दृष्ट कर फुला संतन दुख पाए ते दुखी सुख पाए साधन के सुखी एक एक की पीर पिछाने खटखट के पट पट की जान जब उत करख करा करतारा प्रजा तरत तब दी पारा जब आ करख करत हूँ कब हूँ तुम मैं मिलत देह तर सब हूँ जीते बदन सेठ सब तार है। आप आपनी बूझ चारे तुम सभी तेरह निरालम जानत बेद भेद अरे आलम ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨੀਲ ਅਨਾਦ ਸੰਭ ਤਾਕ ਮੂੜ ਚਾਰਤ ਭੀਦਾ ਜਾਂ ਕੋ ਭੀਵ ਨ ਪਾਵਤ ਬੀਦਾ ਤਾਕੋ ਕਿਰਪਾ ਹਨ ਅਨਮਾਨਤ ਮਾ ਮੂੜ ਕਚ ਭੇਦ ਨ ਜਾਣਤ ਮਾ ਦੇਵ ਕੋ ਕੈ ਸਦਾ ਸਿਮ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਨੀ ਬੁਧ ਹੈ ਜੇਤੀ ਬਰਣਤ ਪਿੰਨ ਪਿੰਨ ਤੋਇ ਤੇਤੀ ਉਮਰਲ ਖਾਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਪ ਸਰੂਪਾਰੰਕ ਬਿਉਰਾ ਕਈ ਪੂਪਾ ਅੰਡਜ ਚੀਰਜ ਸੇਤਜ ਕੀਨੀ ਉਤਪਜ ਖਾਨ ਬਖਰੇ ਰਚ ਦਿਨੀ ਕਉਂ ਫੁੱਲ ਰਾਜਾ ਹਉ ਬੈਠਾ ਕਉਂ ਸਿਮਟ ਬਸੰਗ ਕਰਿ ਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਭਵ ਆਤ ਜੁਗਾਂ ਸਰੂਪ ਸਿੰਘ ਭਵ आवर मेरी तुम करो सिखो बार सिख संगरो दुष्ट जिते उठवत उत्पाता सकल मलेश करो रण घाता जे अस दुजत सरणी परे तिनके दुष्ट दुखत तो मरे पुरुख जौन पग परे तिहारे तिनके तुम संकट सब टारे जो कल को इकबार त्याय हैं ताके काल निकट न आए हैं रक्षा हो ताही सब काला दुष्ट अरिष्ट टरे तत्काल कृपा दुष्ट तन जाए निहर हो ताके ताप तनक मोहर हो अरिद सिद्ध घर मोह होई दुष्ट छा छ्वैस कह ना कोई एक बार जिन तुम्हें संभारा काल फांस दी ताहे उबारा जिन नर नाम तिहारो कहा दर्द दुष्ट दुख तेरा हा ਖੜਗ ਕੀਤ ਮੈਂ ਸਰਣ ਤੇ ਹਾਰੀ ਆਫਾਤ ਦੇ ਲਿਹੁ ਬਾਰੀ ਸਰਬ ਠੋਰ ਮਹਉ ਸਹਾਈ ਦੁਸ਼ਟ ਦੋਖ ਤੇ ਲਿਹੁ ਵਿਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੋ ਮੰਗ ਤਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਕੁਰਾਨ ਅਨੇ ਕਹਿ ਮਤੇ ਕ ਨਾ ਮਾਨਿਓ ਸਿਮਰਤ ਸਾਸ ਤ੍ਰਿਵੇਦ ਸਭ ਹੈ ਬੁਪੀਤ ਕਹੈ ਹਮੇਕ ਨਾ ਜਾਣੇ ਹੋ ਸ੍ਰੀ ਇਸਪਾਨ ਕਿਰਪਾ ਤਮਰੀ ਕਰ ਮੈਂ ਨਾ ਕਹੋ ਸਭ ਤੋਇ ਵਖਾਣਿਉ ਦੋਹਰਾ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਇਸ ਗੋਵਿੰਦ ਦਾਸ ਤੁਹਾਰ RAM KALI MAHALLA TEEJA ANAND EK OMKAR SATGURU PRASAD ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਜਿਸ ਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਦਰੋ ਹਰਣਾਲੇ ਹਰਣਾ ਲੋਂ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਘੀਕਾਰ ਉਹ ਕ੍ਰितीरा ਕਰਜ ਸਭ ਸਵਾਰਣਾ ਸਭ ਨਾਗਲ ਨਾ ਸਮਰਤ ਸੁਆਮੀ ਸੋਕਿ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਕਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰਤੀ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਹੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨਹੀਂ ਘੜਤੀ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਤ ਨਾਮ ਆਧਾਰ ਮੇਰਾ ਜਿਨੇ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ਬਦ ਰੋਪਿਆ ਰੂ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚਵਤਿ ਕਰਿ ਸੁਭਾਗੇ ਕਰਿ ਸੁਭਾਗੇ ਸ਼ਬਦ ਵਾਜੀ ਕਲਾ ਜਿਤ ਕਰਧਾਰੀਆ ਪੰਚਦੂਤ ਤੁਦ ਵਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਸ ਕੋਵਾ ਤਿਤਗਰ ਅਨਹਦ ਵਾਜੇ ਆਨੰਦ ਸੁਨੋ ਵਡਪਾਗੀ ਹੋਂ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤ੍ਰੇ ਸਗਲਿ ਬਸੂਰੇ ਦੂਖ ਰੋਭ ਸੰਤਾਪ ਤ੍ਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਵਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਬਾਜ ਅਨਹਦ ਤੁਰੇ ਮੁੰਦਾਵਣੀ ਮਹਿਲਾ ਪੰਜਾਬਾਂ ਥਾਲ ਵਿੱਚ ਤਨ ਬਸਤੂ ਪਿਉ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਉ ਜਿਸ ਕਾ ਸਭਸ ਆਧਾਰੋ ਜੀ ਕੋ ਖਾਵੇ ਜੀ ਕੋ ਪੰਜਾਇਤਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕੀਤੋ ਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਖਰਿਆ ਪੂੜੀ ਤਿੱਤੇ ਤੁਸ ਮਰਤ ਇੱਥੇ ਕੋਈ ਨਹੀਂ ਉੱਥੇ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕਹਿ ਜਮ ਕੈ ਦੂਤ ਨਾਇ ਤਰੇ ਛਡ ਜਾਹੀ ਭਉਜਲ ਵਿਖਮਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੰਨੋ ਕਿਰਪਾਲ ਜਮਨ ਲੈ ਸਾਹੇ ਸਾਹੇ ਵਿਰਥਾ ਕੋਈ ਨ ਜਾਏ ਜੇ ਆਵੇ ਤੁਧਾਹੀ ਸਲੋਕ ਮਹਲਾ ਪੰਜਵਾਂ ਅੰਦਰ ਗੁਰ ਆਰਾਧਨਾ ਜੀਵਾਂ ਜਪ ਗੁਰਨਾਵ ਨੈਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਹਿ ਪਈ ਠਾਓ ਕਵਨਾਨ ਕਿਰਪਾ ਕਰੇ ਜਿਸਨੋਂ ਏਵਤ ਦੇ ਜਗਮਾ ਤੁਮ ਕਾਢੀ ਐ ਵਿਰਲੇ ਕੇਈ ਕੇ ਮਹਿਲਾ ਪੰਜਵਾ ਰਖੇ ਰਖਣਹਾਰਾ ਪੁਵਾਰਿਨ ਗੁਰ ਕੀ ਪੈਰੀ ਪਾਇ ਕਾ ਸਵਾਰਿਨ ਹੋ ਆਪ ਦਿਆਲ ਮਨੋਨਾ ਵਿਸਾਰਿਨ ਸਾਧ ਜਨਾ ਕੇ ਸੰਗ ਭਵਜਲ ਤਾਰਿਨ ਸਾਖਤ ਨਿੰਦਕ ਦੁਸ਼ਟ ਖਿਨਮਾਹਿ ਵਿਦਾਰਿਨ ਇਸ ਸਾਹਿਬ ਕੀ ਟੀਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੀਕ ਨਾਨਕ ਮੰਨੈ ਮਾਹੇ ਜਿਸੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁठाकुर ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨ ਜਾਣ ਤੁਮਰਾ ਅੰਤ ਹੂੰ ਚੇਤੇ ਹੂੰ ਚਾਹ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਅਰਦਾਸ ਸਿੱਕੂ ਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲੰਤਿ ਆਏ ਫਿਰੰਗਤ ਗੁਰ ਤੇਗ ਮਰਦਾਸ RAM DAS ਐ ਉਹੀ ਸਹਾਈ ਅਰਜਨ ਹਰ ਗੁਬਿੰਦਨੋ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਰਿੱਠੇ ਸਬਦ ਕਜਾਏ ਤੇਗ ਬਹਾਦਰ ਸਮਰੈ ਕਹਨੋਂ ਦੇ ਆਵੇ ਧਾਈ ਸਬਤਾਈ ਹੋਈ ਸਹਾਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਬਤਾਈ ਹੋਣਾ ਜੀ ਸਹਾਈ ਜਸਾ ਪਾਤਸ਼ਾਹਾਂ ਦੇ ਰੂਪ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾੜ ਦਰਸ਼ਨ ਦੇ ਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸਤਗੁਰੂ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਤੇ ਗਵਾਹ ਦੇਖਣ ਕੇ ਆਣੇ ਜੜ ਕਿਤਾ ਤਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਮ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾ ਨਿਵਾਹੀ ਤਨਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜਿਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਅਰਤਮਨ ਸਰਬਦਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਦਖਾਲਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਨਾਮ ਚਿਤ ਆਵੇ ਚਿਤ ਆਉਣ ਕਾ ਸਰਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਕਾਲਸਾ ਜੀ ਸਾਹਿਬ ਤਾਂ ਤਾਂ ਰਚਾਰਿਆ ਦੇਖ ਦੇਖ ਤਹਿ ਵਰਤ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸੋ ਜੀ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਗ ਦਾਨ ਸਹਾਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸ਼ਨਾਣ ਚੌਂਕੀਆਂ ਝੰਡੇ ਬੁੰਗੇ ਜਗੋ ਜਗਾ ਟਲ ਤਰਮ ਕਾ ਜੇ ਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪੱਦਾ ਰੱਖਾ ਆਪ ਅਕਾਲ ਪੁਰਖ ਵਾਹੀ ਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਖਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਸਤਿਗੁਰ ਜੀ ਜਨਾਤ ਪੰਥਨ ਵਿਛੋੜਿਆ ਗਿਆ ਹੈ ਤਿਨਾਂ ਦੇ ਖੁਲੀ ਦਰਸ਼ਨ ਦੇਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਪੰਥ ਨੂੰ ਬਖਸ਼ੋ ਜੀ ਹੇ ਨਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਂ ਨਿਉਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾ ਵਿਖੇ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀਓ ਐਸੁ ਲਈ ਆਪ ਜੀ ਦੇ ਚਰਣਾ ਵਿੱਚ ਸੰਧਿਆ ਬਿਲੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨ ਅੰਦਰ ਆਪ ਜੀ ਦੀ ਲਾਹੀ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਜੀ ਬਾਣੀ ਦੇ ਪਾਠ ਕਰਦੇ ਹਾਂ ਬਿੰਤ ਪੁਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹੋਣ ਗਿਆਨ ਬੁੱਝੀ ਜਾਣ ਕੇ ਮਾਫ ਕਰਨਾ ਜੀ ਅੱਗੇ ਤੋ ਬਾਣੀ ਸ਼ਤ ਤੇ ਸਪਸ਼ਟ ਬਣਦੀ ਇਸ ਮੁਤ ਬਖਸ਼ਨੀ ਬਾਣੀ ਨਾਨ ਪਿਆਰ ਬਖਸ਼ਨਾ ਬਾਣੀ ਪੜੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦੇ ਭਾਉ ਸੰਗਤਾਂ ਦੇ ਹਿਰਦੇ ਵਿੱਚ ਵਸਾਵਣਾ ਜੀ ਸਮੂਹ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲੈਣੀ ਸਵਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਨੀ ਜੀ ਬਚਿਆਂ ਦੇ ਚੀਜ਼ ਤੇ ਮਿਹਰ ਪਰੇ ਹੱਥ ਰੱਖਣੇ ਸਮੂਹ ਸੰਤਾਨ ਨੂੰ ਪਰਿਵਾਰਾਂ ਨੂੰ ਆਪਸ ਦੇ ਵਿੱਚ ਮਿਲਵਰਤਨ ਏਕਤਾ ਦਾਤ ਪਿਆਰ ਬਖਸ਼ਿਸ਼ ਕਰਨਾ ਆਪਣੇ ਸਥਾਨ ਨੂੰ ਸਦਾ ਚੜ੍ਹਦੀਆਂ ਕਲਾ ਬਖਸ਼ੀਆਂ ਜੀ ਦਰਗਾਹੀ ਬਖਸ਼ਿਸ਼ ਪਵਿੱਤਰ ਊਕਮਨਾਮੇ ਦੀ ਬਖਸ਼ਿਸ਼ ਦੁਆਰਾ ਕਿਰਤਾਰਤ ਕਰੋ ਜੀ ਪਵਿੱਤਰ ਊਕਮਨਾਮੇ ਤੇ ਚੱਲਣ ਦੀ ਉਸਤ ਪ੍ਰਦਾਨ ਕਰਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰੱਖੀ ਮੇਰੀ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਭਾਇਓ ਤਰਦਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਕਲਜੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਰਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ ਸੁਖ ਹਟਲ ਗੁਰ ਸੇਵੀਐ ਅਹੰਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਕਉ ਸੁਵਰਸਨਾ ਦੀਜੈ ਪ੍ਰਾਨ ਕੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਕਉ ਸੁਭਰਸਨਾ ਦੀਜੈ ਪ੍ਰਾਨ ਅਕੋਰ ਰਹਾ ਮਨ ਤਨ ਨਿਰਮਲ ਕਰਤ ਕੀਆ ਰੋ ਹਰਿ ਸਿੰਚੈ ਸੁਧਾ ਸੰਜੂਰ ਯਾਰ ਇਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਭੈ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਧਿਆ ਵੇਲੇ ਗੁਰਚਰਣਾ ਦੇ ਨਾਲ ਜੁੜ ਬੈਠੀ ਗੁਰੂ ਰੂਪ ਗੁਰਪੇਰੀ ਸਾਸ ਸੰਗ ਜੀਓ ਸਤਿਗੁਰ ਜੀ ਵੱਲੋਂ ਬਖਸ਼ਿਆ ਸੁਭਾਗਾ ਸਮਾਪਤ ਹੋਇਆ ਜਿਸ ਵਿੱਚ ਆਪਾਂ ਸਾਰਿਆਂ ਨੇ ਰਹਿਰਾ ਸਾਹਿਬ ਦੇ ਪਾਠ ਬੜੀ ਪਿਆਰ ਭਾਵਨਾ ਸਰਧਾ ਦੇ ਨਾਲ ਸਰਵਣ ਕੀਤੇ ਹਨ ਉਪਰੰਤ ਸਤਿਗੁਰ ਜੀ ਵੱਲੋਂ ਬਖਸ਼ਿਆ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ ਜੋ ਗੁਰਗ੍ਰੰਥ ਸਾਹਿਬ ਦੇ ਅੰਗ 701 ਤੇ ਸੁਭਾਇਮਾਨ ਹੈ ਜੈਤਿ ਸ੍ਰੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕੋਈ ਜਨ ਹਰਿ ਸਿਉ ਦੇਵੈ ਜੋਰ ਜੇਕਰ ਕੋਈ ਮੈਨੂੰ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਦੇ ਚਰਣਾ ਦੇ ਨਾਲ ਜੋੜ ਦੇਵੇ ਇਫ ਓਨਲੀ ਸਮਨ ਊਨਿਟ ਮੀ ਵਿਦ ਦਾ ਫੀਟ ਆਫ ਦਾ ਲਾਰਡ ਹੁਣ ਐਡਾ ਵੱਡਾ ਕੋਈ ਕੰਮ ਕਰ ਦੇਵੇ ਸਾਡਾ ਤੇ ਫਿਰ ਸਾਡਾ ਜੀ ਕਰਦਾ ਹੈ ਕਿ ਉਹਦੇ ਕੁਰਬਾਨ ਹੋ ਜਾਈਏ ਉਹਦੇ ਬਲਿਹਾਰ ਜਾਈਏ ਸਤਿਗੁਰੂ ਜੀ ਵੀ ਕੁਰਬਾਨ ਜਾਂਦੇ ਹਨ ਜੇਕਰ ਮੈਨੂੰ ਕੋਈ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ ਕਿਸ ਤਰ੍ਹਾਂ ਕੁਰਬਾਨ ਜਾਂਦੇ ਹਨ ਕੀ ਭੇਟਾ ਦਿੰਦੇ ਹਨ ਕੀ ਭਾਵਨਾ ਰੱਖਦੇ ਹਨ ਬੜਾ ਕਮਾਲ ਦੀ ਚਰਨ ਗਹਾਂ I hold tight to his feet ਮੈਂ ਦੇ ਚਰਨ ਫੜ ਲਵਾਂ ਘੁੱਟ ਕੇ ਫੜ ਲਵਾਂ ਚਰਨ ਗਹੋਂ ਗਹੋਂ ਦਾ ਪਾਵ ਹੈ ਚੰਗੀ ਤਰ੍ਹਾਂ ਸੰਭਾਲ ਕੇ ਉਹਦੇ ਚਰਨਾਂ ਨੂੰ ਫੜਨਾ ਬਕੋਂ ਸੁਭਰਸਨਾ ਐਨ ਅਟਲ সুইਟ ਵਰਡਸ ਵਿਦ ਮਾਈ ਟੰਗਸ ਦੀਜੇ ਪ੍ਰਾਨ ਅਕੋਰ ਮੈਂ ਸੋਹਣੇ ਬੋਲ ਬੋਲਾਂ ਤੇ ਆਪਣੇ ਇਹ ਪ੍ਰਾਨ ਜਿਹੜੇ ਨੇ ਮੇਰੀ ਜਿੰਦ ਜਿਹੜੀ ਹੈ ਸਵਾਸ ਜਿਹੜੇ ਇੱਕ ਇੱਕ ਸਵਾਸ ਉਹਦੀ ਮੈਂ ਪੇਟਾ ਕਰ ਦਿਆਂ my breath of life offering to him mere swaas ik ik swaas oh di beta han eh beta kis nu detti ja rahi hai jada parmatma de naal jod deve eddi vaddi gall jada parmatma de naal mila deve eh beta ਰਹਾਉ ਮਨ ਤਨ ਨਿਰਮਲ ਕਰਤ ਕੇ ਆਰੁ ਸਿੰਚੈ ਸੁਦਾਸਨ ਚੋਰ ਇਹ ਭਾਈ ਕੋਈ ਵਿਰਲਾ ਹੀ ਮਨੁੱਖ ਐਸੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਕਿ ਜੋ ਆਪਣੇ ਮਨ ਤੇ ਆਪਣੇ ਤਨ ਨੂੰ ਨਿਰਮਲ ਕਰ ਲਵੇ ਪਿਓਰ ਕਰ ਲਵੇ ਜਿਦੇ ਮਨ ਦੇ ਵਿੱਚ ਕੋਈ ਵਿਕਾਰ ਨਾ ਹੋਵੇ ਜਿਦੇ ਤਨ ਦੇ ਵਿੱਚ ਕੋਈ ਵਿਕਾਰ ਨਾ ਹੋਵੇ ਐਸੇ ਵਿਰਲੇ ਮਨੁੱਖ ਹੁੰਦੇ ਹਨ ਤੇ ਉਹ ਵਿਰਲੇ ਮਨੁੱਖ ਆਪਣੇ ਸਰੀਰ ਨੂੰ ਹੀ ਪਵਿੱਤਰ ਕਿਆਰਾ ਗਾਰਡਨ ਬਣਾ ਲੈਂਦੇ ਹਨ ਜਿਦੇ ਵਿੱਚ ਨਾਮ ਸਿੰਜਦੇ ਹਨ ਬਕ ਉਸ ਯਾਰ ਇਸ ਮੈਂ ਮगन ਹੋਤ ਕਿਰਪਾ ਤੇ ਮਹ ਬਖਿਆ ਦੇ ਤੋ ਆਪਣੇ ਆਪ ਨੂੰ ਦੁਨੀਆ ਦੇ ਪਦਾਰਥਾਂ ਤੋਂ ਤੋੜ ਕੇ ਉਹਨਾਂ ਵੱਲੋਂ ਆਪਣੇ ਆਪ ਨੂੰ ਰੋਕ ਕੇ ਤੇ ਸਦਾ ਹੀ ਨਾਮ ਦੇ ਵਿੱਚ ਮਸਤ ਰਹਿੰਦੇ ਹਨ ਭਗਤੀ ਵਿੱਚ ਸਿਮਰਨ ਵਿੱਚ ਬਾਣੀ ਸੁਣਨ ਵਿੱਚ ਉਹਨਾਂ ਦਾ ਮਨ ਲੱਗਦਾ ਹੈ ਉਸਦਾ ਹੀ ਬਾਣੀ ਸੁਣਨ ਨੂੰ ਲੋਚਦੇ ਹਨ ਸਿਮਰਨ ਕਰਨ ਦੀ ਮਨ ਵਿੱਚ ਤਾਂਗ ਲੱਗੀ ਰਹਿੰਦੀ ਆਇਓ ਸਰਣ ਦੀਨ ਦੁਖ ਪੰਜਨ ਹੁਣ ਆਪਣੀ ਲਈ ਅਰਦਾਸ ਹੈ ਆਪਾਂ ਵੀ ਕਰੀਏ ਅਰਦਾਸ ਕੀ ਅਰਦਾਸ ਕਰਨੀ ਹੈ ਹੀ ਵਾਹਿਗੁਰੂ ਜੀ ਅਸੀਂ ਤੇਰੀ ਸਰਣ ਆ ਗਏ ਹਾਂ ਆਈ ਹੈ ਕਮ ਟੂ ਯੂਅਰ ਸੈਂਚੁਅਰੀ ਦੀਨ ਦੁਖ ਪੰਜਨ ਕੌਣ ਹੈ ਪਰਮਾਤਮਾ ਕੀ ਕਰਦਾ ਹੈ ਉਹ ਗਰੀਬਾਂ ਦੇ ਦੁਖੀਆਂ ਦੇ ਦੁੱਖ ਦੂਰ ਕਰ ਦਿੰਦਾ ਹੈ ਡਿਸਟਰਾਇਡ ਆਫ ਦਾ ਸਫਰਿੰਗ ਆਫ ਦਾ ਪੇਨ ਜੋ ਸਾਡੇ ਦੁੱਖਾਂ ਨੂੰ ਦੁੱਖਾਂ ਵਾਲੀ ਜ਼ਿੰਦਗੀ ਨੂੰ ਸਾਡੇ ਦੁੱਖਾਂ ਦੇ ਵੱਡੇ ਕਹਾਣ ਨੂੰ ਮੁਕਾ ਦਿੰਦਾ ਹੈ ਦੁਖਪੰਜਨ ਤੁਖਾਂ ਨੂੰ ਭੰਨਣ ਵਾਲਾ ਚਿਤਵੋ ਤੁਮਰੀ ਔਰ I keep my consciousness of you। मेरा ध्यान मेरा चित मेरा मन तेरे वल ही तक रहा है कि तू ही मेरी एक बहोड़ी कर सद्दा अभय पद दान सिमरन स्वामी को और की मंगया है अभय पद निर्पयता वाली अवस्था ब्लैसमी विद द गिफ्ट ऑफ द स्टेट ऑफ द फीयरलैसनेस ਨਾਮ ਜਪਣ ਵਾਲਿਆਂ ਦੇ ਅੰਦਰ ਨਿਰਪੈਤਾ ਆ ਜਾਂਦੀ ਆ ਜਾਂਦੀ ਹੈ ਤੇ ਉਹ ਹੀ ਦਾਤ ਮੰਗਰੇ ਹਨ ਅਭੈ ਪਦ ਨਿਰਪੈਤਾ ਵਾਲੀ ਅਵਸਥਾ ਇਹ দান ਮੰਗੇ ਗਿਫਟ ਮੰਗੇ ਪ੍ਰਭ ਨਾਨਕ ਬੰਦਨ ਛੋੜ ਨਾਨਕ ਦਾਸ ਤੇਰੇ ਚਰਨਾਂ ਵਿੱਚ ਅਰਦਾਸ ਮੰਗਦਾ ਹੈ ਕਿ ਮੈਨੂੰ ਵਿਕਾਰਾਂ ਤੋਂ ਛੁਡਾ ਕੇ ਨਾਮ ਸਿਮਰਨ ਬਖਸ਼ ਜਿਸ ਨਾਮ ਸਿਮਰਨ ਦੀ ਬਰਕਤ ਦੇ ਨਾਲ ਮਨ ਦੇ ਵਿੱਚ ਨਿਰਬਹਿਤਾ ਆ ਜਾਂਦੀ ਹੈ ਨਿਰਰਤਾ ਆ ਜਾਂਦੀ ਹੈ ਬੇਖੋਫ ਹੋ ਜਾਂਦਾ ਹੈ ਬੇਪਰਵਾਹ ਹੋ ਜਾਂਦਾ ਹੈ ਮਨੁੱਖ ਐਸੀ ਅਵਸਥਾ ਨਾਮ ਦੇ ਨਾਲ ਜੁੜਿਆ ਹੋਣ ਜੁੜੇ ਹੋਿਆਂ ਦੀ ਹੁੰਦੀ ਹੈ ਗੁਰੂ ਕਿਰਪਾ ਕਰੇ ਸਹਜੇ ਸਹਜੇ ਹੌਲੀ-ਹੌਲੀ ਸਾਡਾ ਮਨ ਵੀ ਜੁੜ ਜਾਵੇ ਤੇ ਦੇਖਣਾ ਫਿਰ ਮਨ ਦੇ ਵਿੱਚ ਇਹ ਅਵਸਥਾ ਆਉਂਦੀ ਹੈ ਕਿ ਨਹੀਂ ਜਦੋਂ ਬਾਣੀ ਪੜਨੀ ਅਰੰਭ ਕੀਤੀ ਉਸ ਤੋਂ ਪਹਿਲਾਂ ਦੀ ਅਵਸਥਾ ਜਦੋਂ ਬਾਣੀ ਨਾਲ ਜੁੜਨ ਲੱਗੇ ਜਦੋਂ ਬਾਣੀ ਦਾ ਆਨੰਦ ਆਉਣ ਲੱਗਿਆ ਫੇਰ ਮਨ ਵਿੱਚ ਇਹ ਅਵਸਥਾ ਸਾਡੀ ਬਣੀ ਕਿ ਨਹੀਂ ਆਪਾਂ ਇਸ ਦੇ ਨਾਲ ਆਪਣਾ ਲੈਵਲ ਚੈੱਕ ਕਰ ਸਕਦੇ ਹਾਂ ਕਿ ਅਸੀਂ ਕਿੱਥੇ ਖੜੇ ਹਾਂ ਅਸੀਂ ਕਿਤਨਾ ਡਰ ਜਾਂਦੇ ਹਾਂ ਤੇ ਕਿਤਨਾ ਨਹੀਂ ਡਰਦੇ ਸੋ ਇਹ ਆਪਣੇ ਆਪ ਨੂੰ ਚੈੱਕ ਅਸੀਂ ਕਰ ਸਕਦੇ ਹਾਂ ਆਪਣੇ ਆਪ ਨੂੰ ਦੇਖ ਸਕਦੇ ਹਾਂ ਕਿ ਬਾਣੀ ਦਾ ਸਾਡੇ ਤੇ ਕਿੰਨਾ ਅਸਰ ਹੋਇਆ ਹੈ ਬਾਣੀ ਤੇ ਅਸੀਂ ਕਿਤਨਾ ਚੱਲ ਰਹੇ ਹਾਂ ਬਾਣੀ ਸਾਡੇ ਮਨ ਵਿੱਚ ਕਿਤਨਾ ਸਾਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾ ਰਹੀ ਹੈ ਸੁਖ ਲਾ ਚੁਕਾਨੀ ਕਿ ਮਾਨ ਸਤਿਗੁਰੂ ਕੇ ਪਾ ਕਰਨ ਬਾਣੀ ਨਾਲ ਜੁੜੀ ਰਹੀਏ ਬਾਣੀ ਦੇ ਨਾਲ ਜੁੜਿਆ ਹੀ ਸੋਝੀ ਸਮਝ ਬਣਦੀ ਹੈ ਚੰਗੀ ਸਮਝ ਬਣਦੀ ਹੈ ਆਹ ਹੁਣ ਭਾਈ ਪ੍ਰੇਮ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਹੁਕਮਨਾਮੇ ਦੇ ਵਿਚਾਰਾਂ ਸਰਗੁਣ ਕਰਾਉਣਗੇ ਜੀ ਫਤਿਹ ਦੁਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Guru Ruk, Guru Pari Selat Sengaji, mari kita menyatukan hati dan pikiran kita untuk melakukan sebuah Wicara yang hari ini akan kita coba pahami adalah sebuah ketiga Guru ke-9 Noe Pacha Tantan Sep Sri Guru Tik Bahadirji dalam Angga 219 Gordi Mahala Nama Guruji dalam syabat ini bersabda Prani kau hari jasa mana nahi awe Prani kemarin juga sudah kita singgung Artinya manusia Prani wahai manusia hari jasa Keagungan Tuhan Untuk memuja Tuhan Pemujaan terhadapnya Mana nahi awe itu enggak datang ke dalam pikiranmu Enggak ada di dalam pikiran mana nahi awet. Enggak ada di dalam pikiran kita. Apa yang ada di dalam pikiran kita? Guruji kasih tahu juga. Jadi satu sengaja harjas menyanyikan keagungan Tuhan, memuja Tuhan, itu juga kita jangan salah paham artinya itu Guruji sudah jelaskan dalam Gurbani adalah dengan menyanyikan tidak hanya dengan menyanyikan syebat gurbani ya tapi juga mengamalkannya membuat hidup kita ini sebaik baik mungkin sebermanfaat mungkin melakukan perbuatan yang terpuji yang mulia itulah mengagungkan Tuhan yang menciptakan ya. hanya dengan menyebut namanya itu bukan berarti orang tadi telah sepenuhnya ya sepenuhnya mengagungkan Tuhan ini saya menekankan seperti ini saat senggaji supaya tidak orang salah paham diambil setengah-setengah. nanti jangan sampai ada cerita Upre bilang menyebut nama Tuhan itu bukan harja saya bilang belum sepenuhnya melakukan. Berarti masih kurang kalau dia hanya menyebut nama wahai guru wahai guru wahai guru saja tapi perbuatannya belum bagus Pikirannya belum baik, hidupnya ini belum bermanfaat, berarti dia belum sepenuhnya melakukan sahaja, menyanyikan keagungan Tuhan tadi, memuja Tuhan. Ya sama seperti sekolah itu, kalau ada anak yang sebut nama sekolahnya berkali-kali, dia bilang dia puja sekolahnya, dia agungkan sekolahnya, sekolah aku ini hebat, katanya. Sekolah aku ini luar biasa namanya dia sebut Tapi dia adalah murid yang karakterless Dia adalah pelajar yang gak ada karakternya Ilmunya pun kurang Etikanya tidak ada Maka orang akan pikir apa yang sekolahnya itu hebatnya apa sama kita juga sebut ya Guru Nanak Dewji Guru Singh Ji Kita ulang-ulangan tapi ajarannya nggak kita ambil, kita nggak menjadi seperti pengikut guruji yang guruji inginkan. Justru sebaliknya, perbuatan kita tercelah hina. Maka ya bukan mengagungkan, meskipun kita sudah menyebut namanya jutaan kali, tapi kita justru menjatuhkan keagungannya. Karena orang kan lihat, oh ini siknya guru begini perilakunya. Siknya guru begono perilakunya nggak bagus. Jadi harjas. Mana nih ya Mengagungkan Tuhan, mengagungkan guru. Itu nggak datang ke dalam pikiran kita. Nggak ada kebaikan maksudnya. Nggak mau mengikuti ajaran Bani maksudnya. Kenapa di dalam pikiran kita eh ini semoga maya Di dalam pikiran kita siang dan malam itu hanya ada maya maya mayat Hal-hal keduniawian Dan hal-hal keduniawian Dan hal-hal keduniawian Megat Terikat Punya moho attachment dengan hal-hal keduniawian tadi Kok kok kaisi gun Guruji tanya manusia yang demikian Bagaimana kaisi Bagaimana manusia tadi bisa guna gawe Menyanyikan keagungan Tuhan Memujanya Melakukan perbuatan baik dalam hidupnya ini Melakukan hal-hal yang bermanfaat Kalau pikirannya tadi Itu terikat dengan maya Bagaimana dia bisa bersatu dengan Tuhan ya, Guru Ji sebelum uh, Bani terakhir dalam Guru Grand Sabji seluk Malanawan situ guru kelima ya Guru kelima bilang uh, Maya menuna misre Manggil dama, dama. So, ayo. Kalau orang, siang dan malam, yang nggak pernah lupa meminta maya, dia datang kepada guru sekalipun. Bukan nam yang dia minta. Dia mintanya maya. Handphone baru, dia minta mobil baru, rumah baru, pekerjaan, naik jabatannya, bisnisnya. Bisa langsung cepat jadi yang terbaik, ya. istri baru dimintanya maya-maya, yang dimintanya mangge dama-dama, So bocet Kalau orang udah seperti itu, bagaimana Tuhan bisa masuk ke dalam pikirannya? Kalau pikirannya itu dipenuhi dengan maya, dia mintanya pun maya. Bagaimana Guru Ji bisa kasih 6 tadi? Guru Ji udah mau kasih, tapi dia nggak mau ambil. Ya, Guru Ji kasih 6. Guru Ji bilang ya, Nanek kah kareki wel 6. Di rumahnya Guru Nanak ini ada 6 yang berlimpah ruah. Ya, di dalam 6 itu ada segala macam keagungan, kemuliaan, kebaikan. Kartatera satu ya. ini ya, Guruji dalam berapa bani ya? itu mengajarkan kita minta enam, minta enam. Guruji udah kasih itu, kita nggak mau ambil. Kita mintanya yang lain, itu guruji, ini guruji, maya, 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 maya. Enam tadi nggak kita dapat. Kese guna Bagaimana orang bisa bersatu dengan Tuhan, menyanyikan keagungannya? Kalau enam itu dia nggak mau ambil, dia nggak mau minta itu yang dia minta hal yang lain mangga dhamma dhamma pikirannya terikat dengan mana Seluk juga ya Guru Ji ada bilang itu Guru Tik Bahadar Ji juga Yang sebutnya hari ini kita bicarakan Mana mengenai seluk ada yang pernah berkata Saya sempat bertanya ya Walah kalau akan depan itu saya bilang Sengetnya itu adanya waktu rambe kalau saya pernah di Medan juga. Di sana dibilangnya bukan arambe. Rakpaat. Ini istilah dari mana ini sebenarnya? Rakpaat. Taropaat, Rakpaat. Itu istilah kita buat sendiri ya. Bahasa Indonesia taropat diubah jadi penjabi. Rakpaat. Yang harusnya itu digunakan adalah arambe, memulai. Bukan tarok pad, pad mana bisa ditarok? Kita mau tarok kemana? Memulai pad bisa. Dan sempurnanya itu adalah poga. Poga itu sempurna, selesai dibaca. Nah, dia bilang kenapa demikian? Kenapa senggat itu hanya saat arambe dan juga poga, saat jadi sahib dan saat suluk Dia bilang karena jadi sahib intisari dari seluruh guru gran Saji. Ya, saya bilang benar. Suluk melanoma di paling terakhir. Logikanya yang paling terakhir itu dalam satu bacaan kita bisa bilang kesimpulan. Ya, benar saya bilang. Terus, ya udah. Yang udah dengar inti sehari, yang udah pelajari kesimpulan, dia udah belajar semuanya katanya. Udah seluruh guru grand saya sama aja gitu. Saya bilang hadahu udah kelewatan batas ya. Bayangkan ada satu murid. Dia datang di kelas itu hari pertama dan hari terakhir. Burunya gurunya pun heran orang tua yang pun kenapa kok begitu? Ya hari pertama itu guru menjelaskan semuanya yang akan kau pelajari. Ya kan? Semuanya yang akan kita bahwa dalam semester ini, dalam tahun pelajaran ini, ini yang akan kita pelajari. Ini 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 ini. Ini yang harus kalian persiapkan. Ini peraturannya. Di hari terakhir guru membuat kesimpulan ya, Kembali membuat review ini yang sudah kita pelajari Ini yang akan menjadi bahan ujian Ini hasil pelajaran apa nilai kalian nah, Itu biasanya tapi dia di dalam di antara hari pertama dan terakhir dia nggak datang. Bisa nggak seperti ini? Ya nggak bisa. Meskipun intisari dan kesimpulannya sudah kita dengarkan, tapi apa yang disampaikan Guruji di bagian lain kurban itu juga mesti didengarkan, mesti didengarkan. Sama seperti Guru tadi dia di hari pertama dia bilang kita mau pelajari ini, kita mau pelajari itu, tapi saat pelajaran itu dibahas dia nggak ada ya, dia nggak akan pernah ada. Guru Granth Sarji itu juga demikian Jadji sahib memang inti seharinya Slok Malanawa kesimpulannya Tapi Isinya itu mesti kita pahami juga Nah di situ Guru Ji bilang Guru Tik Bahadur Ji Slok Malanawa Disedihkan maya Karena prani Dolar ini Kota yang saya narahin Narain jahjit Siang dan malam, ini semakin rahim maya amin, siang dan malam manusia tadi pikirannya selalu memikirkan maya. dia kegerdora sekalipun dia minta maya. di dalam pun pikirannya maya. baju si A bagaimana rambut si A ini kan keduniawian ya. rambut si A cantik, baju si A begini, celana dia begitu, Juni dia begitu. minggu depan aku mau buat rambut begini. ya itu maya. Sekalinya pun di gurdwara disentet Maya inilah nih Maya karena ini kota Oleh sebab itulah Guruji bilang uh, di diantara jutaan hanya satu dua orang yang pada akhirnya bisa bersatu dengan Tuhan mengingat dia. Soal. Karena yang lainnya pikirannya hanya tentang keduniyamian keduniyamian keduniyamian. mereka Ketrisna jiwacuddho ihir jagadih tas pot hetave tapi Guru Ji bilang ya, ini salah pahamnya manusia manusia anggap dari maya ini dia bisa bahagia tidak bisa merigetrisna ini hanya akan menimbulkan kehausan seperti seekor deer apa itu ya bahasa indonesianya, rusak jadi rusak di gurun itu ada jenisnya, dia ya, mari ke Semacam rusa-rusaan berusaha lah, saya kira namanya bukan rusa, tapi di Indonesia nggak ada. Dia hidup di gurun, jadi karena gurun itu sangat terik sekali, biasanya ada eh, fata morgana. Jadi terlihat seperti ada air di hadapan kita, padahal itu tidak ada. Nasi hewan ini tadi itu kemudian akan lari mengejar ke sana dia pikir di sana ada air sampai dia di situ nggak ada dia lihat ke depan lagi fata morgana tadi menyebabkan orang dia melihat tuh seperti ada air di depan dia kejar lagi ke sana sampai di sana dia lari nggak ada juga dia kejar lagi ke sana nggak ada juga dia kejar lagi dia lihat ke depan nggak ada eh, dia kejar lagi sampai di situ tidak ada dia kejar terus Akhirnya si rusak tadi, hewan tadi, mati, mati dalam kelelahan, mati dalam keletihan, tidak dapat apa-apa. Inilah Maya tadi. Manusia mengejar terusnya. Dia pikir aku dapat ini, aku dapat itu, aku dapat segini, aku senang. Ternyata enggak juga. Kejar lagi, dapat ini, dapat itu, dapat itu, segini, bisa senang. Ternyata enggak juga. Kejar lagi, dapat segini, dapat itu, dapat ini bisa senang. Ternyata enggak juga Akhirnya hidupnya berakhir Dalam pengejaran maya tadi Dia nggak dapat apa-apa Dia capek saja Kecewa saja karena keinginannya Tidak pernah terpenuhi Cukho Salah ini dia kata, -ul -ul, tetap, ya, Tapi manusia itu melihat maya tadi Dia mau kejar terus Seperti Meriga eh, itu Lihat Fatah Morgana Dia pikir itu air dia mau kejar terus ada habis-habis Hukum -habis. temu ketika karena suami Mood tahi Diserawe Tuhan itu adalah pemberi dari segala kebahagiaan Keselamatan Muda, Orang-orang bodoh Yang itu tadi Tuhan tadi kau lupakan Bagaimana hidupmu bisa ada kebahagiaan Bagaimana hidupmu bisa ada keselamatan Dan anak-anak ke Kutu namaku bahwa di antara jutaan hanya, hanya satu dua orang saja memang yang mau selalu mengingat Tuhan bersatu dengan ajarannya kira-kira itulah salah senggigi biar ada kesalahan saya mohon maaf Guru jika